स्मार्ट सिटी लुधियाना विच नैशनल हाईवे दे नाल पानी दी निकासी लई बनाए गए नाले विच इक हादसा हुंदे हुंदे बचिया, जिस दे तहत पटियाला वासी इक व्यक्ति दी कार नाले विच जा डिगी, पर जदों राहगीरां दी मदद दे नाल कार नूं बाहर कढ़न दी कोशिश कीती गई तां कार सवार व्यक्ति दे नाल आई औरत वी नाले विच डिग गई। चंगी गल ए रही कि औरत नूं गंभीर सट्टां नहीं लगियां, पर इस दे उलट दुखदाई गल ए है कि प्रशासनिक अधिकारी नैशनल हाईवे दे हालातां बारे चंगी तरह जाणू हन, पर फिर भी लगदा है कि ओ किसे वड्डे हादसे दी उड़ीक कर रहे ने। गड्डी मोड़ मोड़ लगे कि पानी सानू पता नहीं टोया हैगा, ते ओ गड्डी विच गिर गई, घटो 5 फुट 4 फुट होगा टोया, गड्डी विच फस गई हैगी है, ते असीं चलो गड्डी दा कोई कढ़ लांगे, जे होर बच्चा बुच्चा जां बजुर्ग गिर जांदा तां पता नहीं लगदा किधर गया बच्चा जी, ਘਟਨਾ ਵਾਪਰ ਸਕਦੀ ਸੀ ਕੋਈ ਬੱਚਾ ਬੁੱਚਾ ਆ ਜਾਵੇ ਵਿੱਚ। ਮੈਂ ਇੱਥੇ ਲੰਘ ਰਿਹਾ ਸੀ ਅਤੇ ਮੈਂ ਮੌਕੇ 'ਤੇ ਦੇਖਿਆ ਕਿ ਇਹ ਗੱਡੀ ਮੋੜਦੇ ਪਏ ਸੀਗੇ, ਸਿੱਧਾ ਗੱਡੀ ਵਿੱਚ ਇਹਨਾਂ ਦੀ ਫਸ ਗਈ, ਕਿਉਂਕਿ ਇਹ ਪਟਿਆਲੇ ਤੋਂ ਆਏ ਸੀ, ਇਹਨਾਂ ਨੂੰ ਪਤਾ ਨਹੀਂ ਸੀ ਕਿ ਇੱਥੇ ਨਾਲਾ ਵਾ। ਸਰ ਜਿਹੜੇ ਨਾਲੇ ਹੁੰਦੇ ਆ ਅਕਸਰ ਢੱਕੇ ਹੁੰਦੇ ਆ, ਪਰ ਇੱਥੇ ਤਾਰ ਭੱਜਣ ਦੇ ਕੋਈ ਨਾਲਾ ਢੱਕਿਆ ਹੀ ਹੈਗਾ, ਇਹ ਡੂੰਘਾ ਵੀ 5-6 ਫੁੱਟ ਡੂੰਘਾ ਹੈਗਾ ਘੱਟੋ ਘੱਟ। ਇਹ ਤਾਂ ਗਲਤੀ ਹੈ ਇਹਨਾਂ ਦੀ, ਇਹ ਤਾਂ ਜੇ ਕੋਈ ਹੁਣ ਮੰਨ ਲਓ ਕੋਈ ਬੱਚਾ ਬੁੱਚਾ ਨਿਕਲਦਾ, ਬਜ਼ੁਰਗ ਨਿਕਲ ਜੇ, ਉਹਨਾਂ ਦੀ ਜਿਹੜੀ ਆ ਗੱਡੀ ਇਹਨਾਂ ਦੀ ਫਸੀ, ਉਹਨਾਂ ਦੀ ਵਾਈਫ ਨੂੰ ਪਤਾ ਨਹੀਂ ਸੀ ਨਾਲਾ, ਉਹ ਵਿੱਚ ਡਿੱਗ ਗਈ ਸੀਗੀ, ਉਹਨੂੰ ਦਵਾ ਦਾ ਵਹੀ ਕੱਢਿਆ ਬਾਹਰ ਚੱਕਿਆ, ਉਹਨਾਂ ਨੂੰ ਹੁਣ ਪੈਟਰੋਲ ਪੰਪ 'ਤੇ ਭੇਜਿਆ ਸਾਹਮਣੇ। ਇਹ ਤਾਂ ਉਹਨਾਂ ਦੀ ਕਾਰ ਜ਼ਿਲ੍ਹੇ ਆ ਕਾਰਪੋਰੇਸ਼ਨ ਦੀ ਵੀ ਗਲਤੀ ਹੈ, ਜ਼ਿਲ੍ਹੇ ਆ ਸੜਕਾਂ ਬਣਾਉਂਦੇ ਉਹਨਾਂ ਦੀ ਵੀ ਗਲਤੀ ਹੈ ਦੋਨਾਂ ਦੀ। ਇਹ ਇਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਾਉਣਾ ਚਾਹੀਦਾ, ਜਿਵੇਂ ਬਰਸਾਤ ਦਾ ਮੌਸਮ ਹੈ, ਇਹਨਾਂ ਨੂੰ ਠੀਕ ਕਰਾਉਣਾ ਚਾਹੀਦਾ ਜਲਦੀ ਤੋਂ ਜਲਦੀ। ਮੀਂਹ ਦਾ ਤਾਂ ਪਤਾ ਨਹੀਂ ਲੱਗਦਾ ਕਦੋਂ ਮੀਂਹ ਆ ਜਾਂਦਾ ਵਾ, ਇਹ ਤਾਂ ਇਹਨਾਂ ਨੂੰ ਅੱਜ ਕੱਲ੍ਹ 'ਚ ਇਹਨਾਂ ਨੂੰ ਆਹ ਭਰਨੇ ਚਾਹੀਦੇ ਜਾਂ ਉੱਪਰ ਸਲੈਬਾਂ ਰੱਖਣੀਆਂ ਚਾਹੀਦੀਆਂ ਇਹਨਾਂ ਨੂੰ। ਘਟਾਤੀ ਗੱਡੀ ਜੀ, ਉਹ ਆ ਕੇ ਮੌਕੇ 'ਚ ਪਹੁੰਚ ਗਏ, ਪੀਛੇ ਪਹੁੰਚ ਗਏ ਜੀ। ਸਰ ਜਿਹੜੇ ਸੜਕ ਦੇ ਨਾਲ ਨਾਲੇ ਪੱਟੇ ਆ, ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।